ਲਓ ਜੀ ਅੱਠ ਅੱਠ ਸਿੰਘਾਂ ਦਾ ਜਥਾ ਬਣਾ ਕੇ ਗੁਰੂ ਸਾਹਿਬ ਤੋੜਦੇ ਰਹੇ। ਗੱਲ ਇਹ ਨਹੀਂ ਵੀ ਇੱਕ ਨੇ ਕਿੰਨਿਆਂ ਨੂੰ ਮਾਰਿਆ, 50 ਨੂੰ ਮਾਰਿਆ ਕਿ 100 ਨੂੰ ਮਾਰਿਆ ਕਿ 5 ਨੂੰ ਮਾਰਿਆ ਕਿ 1 ਨੂੰ ਵੀ ਨਹੀਂ ਮਾਰਿਆ। ਨੰਬਰ ਇਸ ਗੱਲ ਤੇ ਮਿਲਨੇ ਨੇ ਵੀ ਲੱਖਾਂ ਦੇ ਸਾਹਮਣੇ ਜਾਣ ਦੀ ਹਿੰਮਤ ਕੀਤੀ। ਇਸ ਗੱਲ ਨੂੰ ਵੀ ਹਿੰਮਤ ਕਿਵੇਂ ਕੀਤੀ ਵੀ ਇਹ ਪਤਾ ਹੈ ਵੀ ਜਿਹੜਾ ਐਡੇ ਘਮਸਾਨ ਦੇ ਜੰਗ 'ਚ ਚੱਲਿਆ ਹੈ, ਇੰਨੇ ਬੰਦੇ ਹੈ, ਜਦੋਂ ਅਸੀਂ 8 ਕੁ ਬੰਦੇ ਨਿਕਲ ਕੇ ਜਾਵਾਂਗੇ ਇਹ ਗਰੰਟੀ ਹੈ ਵੀ ਮੁੜ ਕੇ ਨਹੀਂ ਆਉਂਦੇ। ਪੱਕਾ ਪਤਾ ਵੀ ਮੁੜ ਕੇ ਨਹੀਂ ਆਉਂਦੇ, ਪਰ ਜਿਹੜੇ ਨੰਬਰ ਮਿਲਦੇ ਆ ਨਾ ਚਮਕੌਰ ਦੇ ਸ਼ਹੀਦਾਂ ਨੂੰ, ਇਸ ਕਰਕੇ ਵੀ ਕਿੰਨਿਆਂ ਨੂੰ ਮਾਰ ਗਿਆ, ਕਿੰਨਾ ਜ਼ਿਆਦਾ ਲੜਿਆ, ਕਿੰਨਾ ਟਾਈਮ ਕੱਢ ਗਿਆ, ਇਸ ਕਰਕੇ ਨਹੀਂ। ਉਹ ਤੇ ਉਦੋਂ ਹੀ ਮਿਲ ਜਾਂਦੇ ਆ ਜਦੋਂ ਉਹਨਾਂ ਨੇ ਹਿੰਮਤ ਕੀਤੀ ਵੀ ਚੱਲੀ ਲੜੀਏ ਕਰੇ, ਫਿਰ ਬੰਦਾ ਕੀ ਬਾਹਰ ਲੱਗਦੀ ਬੰਦਾ ਲਾਉਂਦਾ ਹੀ ਹੈ। ਹੁਣ ਇੱਕ ਨਾ ਇੱਕ ਗੱਲ ਹੋਰ ਮੈਂ ਇੱਥੇ ਕਹਿ ਦਿਆਂ, ਸਾਡੇ ਮਨ 'ਚ ਇੱਥੇ ਪਤਾ ਆਉਂਦਾ ਵੀ ਯਾਰ ਐਡੀ ਦਲੇਰੀ ਕਿਵੇਂ ਆ ਗਈ, ਐ ਨਹੀਂ ਆ ਰਿਹਾ ਮਾਈਂਡ ਵਿੱਚ ਤੁਹਾਡੇ ਵੀ ਐ ਕਿਵੇਂ ਹੋ ਸਕਦਾ ਇੰਨੇ ਬੰਦੇ। ਜਿਹੜੀ ਇਹ ਗੱਲ ਮੈਂ ਕਹਿ ਰਿਹਾ ਨਾ, ਸਾਡੀ ਭੈਣ ਨਾਲ ਤੁਰੀ ਜਾਂਦੀ ਹੋਵੇ, ਸਾਡੇ ਨਾਲ ਤੁਰੀ ਜਾਂਦੀ ਹੋਵੇ, ਸਾਡੇ ਨਾਲ ਹੋਵੇ ਤੁਰੀ ਜਾਂਦੀ, ਤੇ ਤੇਰੇ ਕੋਲ ਹੋਵੇ ਸ੍ਰੀ ਸਾਹਿਬ ਫੜੀ ਹੱਥ 'ਚ ਕੁਦਰਤੀ, ਤੇ ਸਕੀ ਭੈਣ ਹੋਵੇ ਜਾਂ ਸਾਡੀ ਮਾਂ ਹੋਵੇ ਜਾਂ ਸਾਡੀ ਧੀ ਹੋਵੇ, ਤੇ 20-50 ਮੁਸਟੰਡੇ ਜੇ ਇਕੱਠੇ ਨਸ਼ੈੜੀ ਇਕੱਠੇ ਹੋਏ ਹੋਏ ਹੋਣ, ਤੇ ਐਦਾਂ ਸਾਡੇ ਸਾਹਮਣੇ ਸਾਡੀ ਭੈਣ ਨੂੰ ਹੱਥ ਪਾ ਲੈ, ਬਾਹ ਫੜ ਲੈਣ ਉਹਦੀ, ਤੇ ਖਿੱਚ ਕੇ ਕਹਿਣ ਅਸੀਂ ਲੈ ਚੱਲੇ ਆ, ਐਦਾਂ ਐਦਾਂ ਇਕੱਠੇ ਹੋ ਕੇ ਲੈ ਜਾਣ, ਤੁਸੀਂ ਦੱਸੋ ਭਲਾ ਉੱਥੇ ਫਿਰ ਸ੍ਰੀ ਸਾਹਿਬ ਹੋਵੇ ਬੰਦੇ ਦੇ ਹੱਥ 'ਚ, ਜਿੰਨੀ ਵਾਹ ਲੱਗੂ ਲਾਊ ਕਿ ਨਹੀਂ ਲਾਊ ਬੋਲੋ, ਧੀ ਹੋਵੇ ਭੈਣ ਹੋਵੇ ਜਾਂ ਮਾਂ ਹੋਵੇ, ਨਾਲ ਘਰ ਵਾਲੀ ਨੂੰ ਤੇਰੀ ਨੂੰ ਲੈ ਚੱਲਿਆ ਕਰ, ਤੇਰੀ ਬੱਚੀ ਨੂੰ ਲੈ ਚੱਲਿਆ, ਮੈਂ ਕਹਿੰਦਾ ਮਰਨ ਤੱਕ ਜਾਓਗੇ ਪਿਆਰਿਓ, ਮਰਨ ਤੱਕ ਜ਼ੋਰ ਲਾਓਗੇ, ਜਿੰਨਾ ਲੱਗੂ ਓਨਾ ਹੀ ਲਾਓਗੇ ਜ਼ੋਰ, ਤੁਸੀਂ ਲਾਓਗੇ ਭੱਜ, ਤੁਸੀਂ ਵੀ ਓਨਾ ਹੀ ਲੈਂਦੇ ਹੋ, ਆਪਾਂ ਵੀ ਓਨਾ ਹੀ ਭੱਜ ਲੈਂਦੇ ਹਾਂ, ਪ੍ਰੋਬਲਮ ਇਹ ਹੈ ਇੱਧਰ ਨੂੰ ਭੱਜ ਲੈਂਦੇ ਆ, ਇੱਧਰ ਨੂੰ ਨਹੀਂ ਭੱਜਦੇ ਆ। ਸਤਿ ਵਾਹ, ਇਹ ਨਹੀਂ ਵੀ ਤੁਹਾਡੇ ਚੋਂ ਚੀਜ਼ ਹੈ ਨਹੀਂ ਹੈ, ਇਹ ਨਾ ਤੁਸੀਂ ਕਹੋ ਵੀ ਸਾਡੇ ਜੇ ਚੀਜ਼ ਇਹ ਭਰੀ ਸੀ, ਇਹ ਬਾਹਰੋਂ ਪੈਂਦੀ ਹੈ ਕਿਤੋਂ, ਨਹੀਂ ਪੈਂਦੀ, ਇਹ ਤੇਰੇ ਵਿੱਚ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੰਘੋ, ਹੋਰ ਇਸ ਗੱਲ ਨੂੰ ਸਵਾਲ ਨੂੰ ਖੜਾ ਕਰੋ ਦਿਮਾਗ ਵਿੱਚ, ਫਲਾਣਾ ਪਾਠ ਕਰਕੇ ਬੰਦੇ ਵਿੱਚ ਦਲੇਰੀ ਆ ਜਾਂਦੀ ਹੈ, ਫਲਾਣਾ ਫਲਾਣੇ ਸਿਰ ਤੇ ਹੱਥ ਰਖਾ ਕੇ ਬੰਦਾ ਦਲੇਰ ਬਣਦਾ, ਸਾਡੇ ਆਮ ਇਦਾਂ ਗੱਲ ਕਰਦੇ ਨਾ, ਪੂਰੀ ਗੱਲ ਨੂੰ ਸੁਣਿਓ ਫਿਰ ਸਮਝ ਆਉਂਦੀ ਹੈ, ਪੂਰੀ ਸੁਣਿਓ। ਸਾਡੀ ਕੌਮ ਦੀ ਲੜਾਈ ਲੜਨ ਵਾਲੇ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਕਿ ਵੱਟਾਂ ਪਿੱਛੇ ਜਿਹੜੇ ਜ਼ਮੀਨਾਂ ਪਿੱਛੇ ਕਤਲ ਕਰਕੇ ਜੇਲ੍ਹਾਂ 'ਚ ਗਏ ਹੈ ਉਹਨਾਂ ਦੀ ਗਿਣਤੀ ਜ਼ਿਆਦਾ ਹੈ? ਬੋਲੋ, ਵੱਟਾਂ ਵਾਲਿਆਂ ਦੀ ਕਿਤੇ ਜ਼ਿਆਦਾ? ਜੇ ਕਿਸੇ ਵੀ ਜੇਲ੍ਹ 'ਚ ਚਲੇ ਜਾਓ ਤੁਸੀਂ ਪੁੱਛੋ ਵੀ ਧਰਮ ਵਾਸਤੇ ਕੌਮ ਵਾਸਤੇ ਜਿਹੜੇ ਜੂਝੇ ਸੀ ਸਿੰਘ ਉਹਨਾਂ 'ਚੋਂ ਕਿੰਨੇ ਐ? ਕਿਸੇ ਜੇਲ੍ਹ 'ਚ 4 ਨੇ, ਕਿਸੇ 'ਚ 3 ਨੇ, ਕਿਸੇ 'ਚ 2 ਨੇ, ਕਿਸੇ 'ਚ 5 ਨੇ, ਤੇ ਉਹਨਾਂ ਨੂੰ ਪੁੱਛੋ ਵੀ ਵੱਟਾਂ ਪਿੱਛੇ ਜਿਹੜੇ ਕਤਲ ਕਰਕੇ ਆਏ ਐ, ਕਹਿੰਦੇ 5000। ਕਿੱਥੇ 5, ਕਿੱਥੇ 5000 ਵੱਟਾਂ ਪਿੱਛੇ? ਇਹ ਉਹੀ ਬੰਦੇ ਹੁੰਦੇ ਐ ਜਿਹੜੇ ਵੱਟਾਂ ਪਿੱਛੇ ਮਰਦੇ ਐ, ਵੱਟ ਪਿੱਛੇ ਵੀ ਐ ਖੜ ਜਾਂਦੇ ਲੈ ਕੇ ਗੰਡਾਸਾ ਲੈ ਕੇ ਟਰੈਕਟਰ ਖਲਾਰ ਕੇ, ਵੜ ਕੇ ਵਿਖਾਓ ਓਏ ਮੇਰੇ ਖੇਤ 'ਚ। ਭਾਈ ਇਦਾਂ ਹੀ ਸੀ, ਉਹ ਕਹਿ ਦਿੰਦੇ ਸੀ ਵੀ ਆ ਜਾਓ ਓਏ ਵੜ ਕੇ ਵਿਖਾਓ ਸਾਡੇ ਆਨੰਦਪੁਰ 'ਚ, ਆਖੋ ਸਤਨਾਮ। ਗੱਲ ਉਹੀ ਹੈ, ਇਸ ਗੱਲ ਨੂੰ ਸਮਝਿਓ, ਇਹ ਤੇਰੇ ਵਿੱਚ ਐ ਜਿਹੜਾ ਵੱਟ ਪਿੱਛੇ ਆ ਜਾਂਦਾ ਤੇਰੇ ਵਿੱਚ। ਇਹ ਦਲੇਰੀ ਕੋਈ ਬਾਹਰੋਂ ਨਹੀਂ ਭਰੀ ਜਾਂਦੀ, ਇਹ ਤੇ ਡਾਇਰੈਕਸ਼ਨ ਬਦਲੀ ਜਾਂਦੀ ਹੈ। ਭੱਜ ਸਕਦਾ ਸੀ ਤੂੰ, ਬਸ ਪਹਿਲਾਂ ਐ ਨੂੰ ਭੱਜਦਾ ਫਿਰ ਐ ਨੂੰ ਭਜਾ ਦਿੰਦਾ, ਉਹ ਚੀਜ਼ ਤੇ ਤੇਰੇ ਵਿੱਚ ਹੁੰਦੀ ਹੈ, ਬਾਹਰੋਂ ਨਹੀਂ ਪਾਈ ਜਾਂਦੀ, ਬਾਹਰੋਂ ਕੁਛ ਨਹੀਂ ਪੈਂਦਾ ਕਿਸੇ ਬੰਦੇ ਨੂੰ। ਬਾਹਰੋਂ ਤੁਸੀਂ ਸਟਰੋਂਗ ਵੀਰ ਰਸ ਭਰ ਦਾਂਗੇ ਜੀ, ਇਹਦੇ 'ਚ ਕਿਧਰੇ ਨਹੀਂ ਭਰਿਆ ਜਾਂਦਾ, ਵੀਰ ਰਸ ਉਹਦੇ ਵਿੱਚ ਹੋਊਗਾ, ਤੈਨੂੰ ਬਸ ਉਹਨੂੰ ਉਹਦਾ ਸਟੇਅਰਿੰਗ ਸਿੱਧਾ ਕਰਨਾ ਪੈਣਾ ਹੈ।
ਇਹਦੇ ਇੰਜਣ ਤੇ ਜਾਨ ਆਪਣੇ ਚ ਚਾਹੀਦੀ ਹੈ ਹੋ ਬਸ ਸਟੀਅਰਿੰਗ ਹੀ ਘੁਮਾਉਣਾ ਪੈਂਦਾ ਹੁੰਦਾ ਹੈ ਬਾਹਰੋਂ ਕੁਝ ਨਹੀਂ ਪੈਂਦਾ ਜੇ ਬਾਹਰੋਂ ਕੁਝ ਪੈਂਦਾ ਹੁੰਦਾ ਪ੍ਰਿਥੀ ਚੰਦ ਚ ਪੈ ਜਾਣਾ ਸੀ ਹਾਥੀ ਦਾ ਮੁਕਾਬਲਾ ਕਰਨ ਕੌਣ ਗਿਆ ਬੋਲੋ ਸਿੰਘੋ ਬੋਲਿਓ ਬਈ ਬਚਿੱਤਰ ਸਿੰਘ ਗਿਆ ਨਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਪਰ ਬਚਿੱਤਰ ਸਿੰਘ ਤੋਂ ਪਹਿਲਾਂ ਕਿਹਨੂੰ ਗਿਆ ਸੀ ਜਾਣ ਲਈ ਦੁਨੀ ਚੰਦ ਉਹਦੇ ਚ ਕੁਛ ਨਹੀਂ ਭਰਿਆ ਜਾ ਸਕਿਆ ਨਹੀਂ ਭਰਿਆ ਜਾ ਸਕਿਆ ਉਹਦੇ ਚ ਹੈ ਨਹੀਂ ਸੀ ਬਚਿੱਤਰ ਸਿੰਘ ਉਹ ਸੀ ਜਿਹਦੇ ਚ ਹੈ ਸੀ ਜੇ ਬਾਹਰੋਂ ਭਰਿਆ ਜਾਵੇ ਨਾ ਫਿਰ ਤੇ ਸਾਰਿਆਂ ਚ ਹੀ ਭਰ ਦਈਏ ਤੇ ਇੱਕ ਮਿੰਟ ਦਾ ਕੰਮ ਹੈ ਬਾਹਰੋਂ ਨਹੀਂ ਕੁਝ ਹੋ ਸਕਦਾ ਅਗਲਾ ਆਪਣੇ ਆਪ ਤੇ ਕੰਮ ਕਰਨਾ ਚਾਹੇ ਤਾਂ ਹੁੰਦਾ ਹੈ ਇਸ਼ਾਰਾ ਤੇ ਦੁਨੀ ਚੰਦ ਨੂੰ ਵੀ ਹੋਇਆ ਸੀ ਇਸ਼ਾਰਾ ਬਚਿੱਤਰ ਸਿੰਘ ਨੂੰ ਵੀ ਹੋਇਆ ਸੀ ਉਹਨੇ ਸਮਝਿਆ ਉਹਨੇ ਨਹੀਂ ਸਮਝਿਆ ਇਹ ਚੀਜ਼ਾਂ ਸਾਡੇ ਵਿੱਚ ਨੇ ਜਿਹੜਾ ਵੱਟ ਪਿੱਛੇ ਵੀ ਨਹੀਂ ਮਰ ਸਕਦਾ ਉਹਦੇ ਚ ਜੁਰਤ ਹੈ ਨਹੀਂ ਉਹ ਅਨੰਦਪੁਰ ਸਾਹਿਬ ਜਾ ਕੇ ਵੀ ਨਹੀਂ ਲੜ ਸਕਣਾ ਉਹਨੇ ਜੈ ਕਹਿ ਲਓ ਜਿਹੜਾ ਘਰੇ ਨਿਕੰਮਾ ਹੈ ਉਹ ਗੁਰੂ ਘਰ ਵੀ ਨਿਕੰਮਾ ਹੀ ਹੈ ਅਣਖ ਜਿਹਦੇ ਚ ਹੈ ਹੀ ਨਹੀਂ ਉਹ ਬਾਹਰੋਂ ਕਿੱਥੋਂ ਭਰੀਏ ਜਿਹੜੀ ਚੀਜ਼ ਉਹਦੇ ਅੰਦਰ ਹੈ ਨਹੀਂ ਇਹ ਕੁਦਰਤੀ ਹੁੰਦੀ ਹੈ ਜਦੋਂ ਬੰਦਾ ਉੱਧਰ ਪਹੁੰਚ ਗਿਆ ਬਸ ਫਿਰ ਲਓ ਹੁਣ ਗੱਲ ਸੁਣਿਓ ਇਹ ਗੱਲ ਦਿਮਾਗ 'ਚ ਰੱਖਿਓ ਗੁਰੂ ਸਾਹਿਬ ਦੇ ਨਾਲ ਵਾਲੇ ਸਾਰੇ ਹੀ ਉਹ ਸੀ ਮੈਂ ਕਹਿੰਦਾ ਚੁਣੇ ਹੀ ਉਹ ਨੇ ਜਿਹੜੇ ਮਰ ਮਿਟਣ ਵਾਲੇ ਹੁੰਦੇ ਹੀ ਆ ਸਾਡੇ ਪਿੰਡਾਂ 'ਚ ਨਹੀਂ ਕਈ ਬੰਦਿਆਂ ਦੇ ਤੁਸੀਂ ਸਾਰੇ ਪਲਾਟਾਂ ਤੇ ਕਬਜ਼ੇ ਕਰ ਲਓ ਜ਼ਮੀਨ ਤੇ ਕਬਜ਼ੇ ਕਰ ਲਓ ਉਹ ਵਿਚਾਰੇ ਝੁੱਡੂ ਜੇ ਬਣ ਕੇ ਪੱਕੀ ਕਰੀਏ ਭਾਈ ਲੜਿਆ ਹੀ ਨਹੀਂ ਜਾਂਦਾ ਵੱਡੇ ਨੇ ਭਾਈ ਮਾੜਾ ਬੰਦਾ ਕੀ ਕਰ ਸਕਦਾ ਕਈ ਇਦਾਂ ਦੇ ਤੇ ਕਈ ਵੇਖੋ ਤੁਸੀਂ ਕਈ ਗਲ ਪੈ ਜਾਂਦੇ ਕਈ ਗਲ ਪੈ ਜਾਂਦੇ ਕੁਦਰਤੀ ਆ ਨਿੱਕੇ ਜਿਹੇ ਨਿਆਣੇ ਨੇ ਕਿਸੇ ਨਿਆਣੇ ਦੀ ਚੌਕਲੇਟ ਖੋ ਕੇ ਖਾ ਜਾਓ ਉਹ ਰੋਣ ਲੱਗ ਜੂ ਅੱਗੋਂ ਕਈ ਨਿਆਣੇ ਰੋਣ ਲੱਗ ਜਾਣਗੇ ਕਿ ਮੇਰੀ ਚੌਕਲੇਟ ਖਾ ਗਿਆ ਰੋਣ ਲੱਗ ਜਾਂਦਾ ਨਿਆਣਾ ਵੱਧ ਤੋਂ ਵੱਧ ਕੀ ਕਹੂ ਭੈੜਾ ਜਾਂ ਮੂੰਹ ਬਣਾਊ ਰੋਣ ਲੱਗ ਜਾ ਤੇ ਕਿਸੇ ਬੱਚੇ ਦੀ ਤੁਸੀਂ ਚੌਕਲੇਟ ਖੋਇਓ ਉਹ ਤੈਨੂੰ ਮੁੱਖੀਆਂ ਮਾਰੂ ਭਾਵੇਂ ਹੋਵੇ ਕੁਛ ਵੀ ਨਾ ਉਹਦੇ ਤੋਂ ਪਰ ਮਾਰੂ ਤੇਰੇ ਆ ਕੇ ਇਹ ਫਰਕ ਹੈ ਇਹ ਵਿੱਚ ਹੈ ਕਿਸੇ 'ਚ ਹੁੰਦਾ ਹੈ ਕਿਸੇ 'ਚ ਨਹੀਂ ਹੁੰਦਾ 7 ਸਾਲ ਦੇ 10 ਸਾਲ ਦੇ ਬੱਚੇ ਨੂੰ ਵੇਖ ਲਿਓ ਤੁਸੀਂ 10 ਸਾਲ ਦੇ ਬੱਚੇ ਨੂੰ ਇੱਕ ਨੂੰ ਤੁਸੀਂ ਵੇਖਿਓ ਇੱਕ ਨੂੰ ਚਪੇੜ ਮਾਰਿਓ ਰੋਣ ਲੱਗ ਗਿਆ ਇੱਕ ਨੂੰ ਮਾਰਿਓ ਅੱਗੋਂ ਤੇਰੇ ਮਾਰਦਾ ਉਹਦੇ 'ਚ ਹਿੰਮਤ ਹੈ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੁਦਰਤ ਨੇ ਪੈਦਾ ਕੀਤਾ ਸਿਸਟਮ ਹੈ ਬਾਕੀ ਆਪਣੀ ਪਛਾਣ ਕਰ ਲਿਓ ਜੇ ਬਾਜਾ ਨਾ ਵਜਾਉਣਾ ਆਇਆ ਵੀ ਮੈਂ ਬਾਜੇ ਵਾਲਾ ਨਹੀਂ ਮੇਰੇ ਉਂਗਲਾਂ ਨਹੀਂ ਚੱਲਦੀਆਂ ਫਿਰ ਢੋਲਕੀ ਤੇ ਪੰਗਾ ਲੈ ਕੇ ਵੇਖ ਲਿਓ ਜੇ ਇਹ ਨਾ ਆਈ ਫਿਰ ਚੱਲ ਯਾਰ ਚਿਮਟਾ ਹੀ ਸਹੀ ਜੇ ਚਿਮਟਾ ਨਾ ਆਇਆ ਤੇ ਟੱਲੀਆਂ ਤੇ ਕਿਤੇ ਗਈਆਂ ਹੀ ਨਹੀਂ ਜੇ ਟੱਲੀਆਂ ਨਾ ਆਈਆਂ ਚੱਲ ਫਿਰ ਐਂ ਅੱਖਾਂ ਬੰਦ ਜਿਵੇਂ ਇੱਧਰ ਬੈਠੇ ਅੱਖਾਂ ਬੰਦ ਕਰਕੇ ਬਹਿ ਜਾ ਬਾਬੇ ਐਂ ਹੀ ਸਹੀ ਚੱਲ ਜੇ ਐਂ ਨਹੀਂ ਤੇ ਫਿਰ ਇੱਥੇ ਤੇ ਹੈਗਾ ਹੀ ਹੈਗਾ ਆਪਣੀ ਯੋਗਤਾ ਵੇਖ ਲੈ ਵੀ ਕਿਹੜੀ ਹੈ ਵੜਕ ਵਾਲੀ ਹੈ ਕਿ ਲਿਖਣ ਵਾਲਾ ਹੈ ਕਿ ਗਾਉਣ ਵਾਲਾ ਕੀ ਹੈ ਤੂੰ ਆਪਣੀ ਪਾਵਰ ਵੇਖ ਲੈ ਪਛਾਣ ਲੈ ਆਪਣੇ ਆਪ ਨੂੰ ਹੋਵੇਂ ਕਿਤੇ ਤੂੰ ਬਹਿਣ ਵਾਲਾ ਹੀ ਤੇ ਪੰਗਾ ਲੈ ਲੈ ਢੋਲਕੀ ਨਾਲ ਫਿਰ ਕੰਮ ਗਲਤ ਹੋ ਜੂ ਆਪਣੀ ਤਾਕਤ ਵੇਖ ਲੈ ਬਣਾਇਆ ਕਿੱਦਾਂ ਦਾ ਯੂਨੀਕਨੈਸ ਹੈ ਨਾ ਬੰਦਾ ਵੱਖਰਾ ਹੈ ਹਰ ਬੰਦਾ ਵੱਖਰਾ ਹੈ ਆਪਣੀ ਪਾਵਰ ਵੇਖ ਕੀ ਹੈ ਜਿਹੜਾ ਨਹੀਂ ਉਹ ਬਣਨ ਦੀ ਕੋਸ਼ਿਸ਼ ਨਾ ਕਰੀ ਪਰ ਹਿਸਾਬ ਜਿਹਾ ਲਾ ਲੈ ਵੀ ਆਹ ਇੰਨੇ ਕੁ ਜੋਗੇ ਆਹ ਕੁਛ ਹੈ ਮੇਰੇ ਚ ਤੇ ਉਦੋਂ ਬਾਅਦ ਵਾਅਦਾ ਨਾ ਕਰੀ ਵੱਡਾ ਗੱਲ ਨਾ ਉਨੀ ਕੀ ਕਰ ਲੈ ਵੇਖ ਲੈ ਵੀ ਬਣਾਇਆ ਕਿੱਦਾਂ ਜੇ ਕੰਡਾ ਬਣਾਇਆ ਤੇ ਕੰਡੇ ਵਾਲਾ ਹੀ ਰੋਲ ਰੱਖ ਜੇ ਦੁਨੀਆ 'ਚ ਗੁਲਾਬ ਹੀ ਗੁਲਾਬ ਹੁੰਦੇ ਤਾਂ ਵੀ ਦੁਨੀਆ ਵਧੀਆ ਨਹੀਂ ਸੀ ਲੱਗਣੀ ਕੰਡੇ ਵੀ ਹੁੰਦੇ ਆ ਨਾਲ ਜੋ ਬਣਾਇਆ ਤੈਨੂੰ ਬਸ ਉਹ ਹਿਸਾਬ ਵੇਖ ਆਪਣਾ ਉਹ ਰੋਲ ਪਲੇ ਕਰੀਏ